ਸਾ ਕਿਹੜੀ ਕੁਆਲਿਟੀ ਦਾ ਚੰਗਾ ਕਿਹੜਾ ਹੁੰਦਾ ਤੇ ਭੈੜਾ ਕਿਹੜਾ ਹੁੰਦਾ ਇਹ ਵੀ ਤੇਨ ਮੈਂ ਦੱਸਣਾ ਕੀ ਹੁੰਦੀ ਹੈ ਉਹਦੇ ਇਥੋਂ ਪੇਜ ਖਰਾਬ ਹੋ ਜਾਂਦੇ ਨੇ ਇੱਕ ਅੱਧੀ ਵਾਰੀ ਪੇਜ ਖੁੱਲ ਕੇ ਲੱਗੇ ਤੇ ਡੱਬੀ ਫਰਕ ਹੋ ਜਾਂਦੀ ਹੈ ਹਾਰਡ ਪੈਪ ਜਿੱਡਾ ਮਰਜ਼ੀ ਚੰਗਾ ਉਹ ਤੁਸੀਂ ਵਾਇਰਿੰਗ ਵਿੱਚ ਇਸਤੇਮਾਲ ਨਹੀਂ ਕਰਨਾ ਪੈਪ ਤੇ ਥੋੜਾ ਹੀ ਮਾਰਿਆ ਪੈਪ ਟੁੱਟਿਆ ਨੇ ਫਿਸ ਗਿਆ ਫਿਸਿਆ ਪੈਪ ਫਿਰ ਆਪਣੀ ਜਗ੍ਹਾ ਤੇ ਆ ਗਿਆ ਜਿਵੇਂ ਕਿ ਤੁਹਾਨੂੰ ਤੇ ਪੈਪ ਨਜ਼ਰ ਆਉਂਦੇ ਨੇ ਇਹ ਬੜਾ ਔਖਾ ਕੰਮ ਹੁੰਦਾ ਹੈ ਇਹ ਸ਼ਾਰਟ ਕੰਮ ਤੇ ਹੈ ਵੀ ਸੌਖਾ ਤੁਸੀਂ ਅਸਲਾਮ ਅਲੈਕਮ ਕੀ ਹਾਲ ਹੈ ਜਨਾਬ ਉਮੀਦ ਹੈ ਕਿ ਅੱਲਾ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਠਾਕ ਹੋਨੇ ਹੋ ਔਰ ਅਲਹਮਦੁਲਿਲਾ ਤੁਹਾਡੇ ਭਰਾਵਾਂ ਦੀ ਦੁਆਵਾਂ ਦੇ ਨਾਲ ਮੈਂ ਵੀ ਬਿਲਕੁਲ ਠੀਕ ਠਾਕ ਮੇਰਾ ਨਾਮ ਹੈ ਨੋਮੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਹੈ ਨੋਮੀ ਇਲੈਕਟ੍ਰਿਕ ਸਟੋਰ ਤੇ ਅੱਜ ਦੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਇਸ ਵੀਡੀਓ 'ਚ ਅਸੀਂ ਗੱਲਬਾਤ ਕਰਾਂਗੇ ਅੰਡਰਗਰਾਉਂਡ ਵਾਇਰਿੰਗ ਦੇ ਬਾਰੇ ਜਿਵੇਂ ਕਿ ਆ ਸਾਹਮਣੇ ਤੁਹਾਨੂੰ ਅੰਡਰਗਰਾਉਂਡ ਵਾਇਰਿੰਗ ਨਜ਼ਰ ਆਉਣ ਰਹੀ ਹੈ ਝਰੀ ਵੱਜੀ ਸਾਰੀ ਇਹਦੇ ਵਿੱਚ ਪੈਪ ਤੇ ਫਿਟਿੰਗ ਕਰਨੀ ਹੈ ਕਿਹੜੀ ਫਿਟਿੰਗ ਕਰਨੀ ਹੈ ਤੇ ਕਿਹੜਾ ਪੈਪ ਪੈਣਾ ਇਹ ਸਾਰੀ ਗੱਲਬਾਤ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਕਰਾਂਗੇ ਫਿਟਿੰਗ ਦੇ ਵਿੱਚ ਜਿਹੜੀਆਂ ਡੱਬੀਆਂ ਤੇ ਖਾਸ ਤੌਰ ਤੇ ਆ ਜਿਹੜੇ ਬਕਸੇ ਲੱਗਣੇ ਨੇ ਇਹ ਕਿਹੜੀ ਕੰਪਨੀ ਦਾ ਜਾਂ ਕਿਹੜੇ ਲਾਣੇ ਨੇ ਇਹਨਾਂ ਨੂੰ ਕਿਵੇਂ ਲਾਣਾ ਹੈ ਇਹ ਸਾਰੀ ਗੱਲਬਾਤ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ 'ਚ ਕਰਾਂਗੇ ਇਹ ਵੀਡੀਓ ਤੁਸੀਂ ਐਂਡ ਤੱਕ ਵੇਖਿਓ ਉਮੀਦ ਹੈ ਕਿ ਤੁਹਾਨੂੰ ਸਾਰੇ ਤਰੀਕੇ ਦਾ ਪਤਾ ਲੱਗ ਜਾਏਗਾ ਕਿ ਡੱਬੀ ਵਿੱਚ ਕਿਹੜੀ ਲਾਣੀ ਹੈ ਤੇ ਬਕਸਾ ਵਿੱਚ ਕਿਹੜਾ ਲਾਣਾ ਹੈ ਤੇ ਅਗਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੋਮੀ ਇਲੈਕਟ੍ਰਿਕ ਸਟੋਰ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਘੰਟੀ ਦਾ ਬਟਨ ਹੈ ਉਹਨੂੰ ਦਬਾ ਦਿਓ ਤਾਂ ਕਿ ਮੈਂ ਜਦ ਨਵੀਂ ਵੀਡੀਓ ਬਣਾ ਕੇ ਅਪਲੋਡ ਕਰਾਂ ਤੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਜਿਵੇਂ ਕਿ ਤੁਹਾਨੂੰ ਝਰੀ ਨਜ਼ਰ ਆਉਣ ਰਹੀ ਹੈ ਝਰੀ ਸਾਡੀ ਤਕਰੀਬਨ ਸਾਰੇ ਕਮਰਿਆਂ 'ਚ ਕਲੀਅਰ ਤੇ ਜਿਹੜਾ ਫਿਟਿੰਗ ਦਾ ਮਾਲ ਜਿਹੜਾ ਵਿੱਚ ਪਾਣਾ ਇਹ ਪੈਪ ਨੇ ਸਾਡੇ ਕੋਲ ਤੇ ਇਹ ਫਿਟਿੰਗ ਦਾ ਮਟੀਰੀਅਲ ਇਹ ਮਟੀਰੀਅਲ ਕਿਹੜਾ ਪਾਣਾ ਇਹ ਮੈਂ ਤੁਹਾਨੂੰ ਇਹਦੀ ਅਸਲ ਤੇ ਨਕਲ ਦੀ ਪਛਾਣ ਦੱਸਣਾ ਕੀ ਹੈ ਤੇ ਕਿਹੜਾ ਤੁਸੀਂ ਸਮਾਨ ਪਾਣਾ ਤੇ ਕਿਹੜਾ ਨਹੀਂ ਪਾਣਾ ਫਿਟਿੰਗ ਦੇ ਵਿੱਚ ਪਹਿਲੇ ਨੰਬਰ ਤੇ ਇਹ ਜਿਹੜਾ ਪੈਪ ਹੈ ਪੈਪ ਇਸਤੇਮਾਲ ਹੁੰਦਾ ਦੂਜੇ ਨੰਬਰ ਤੇ ਇਹ ਬਕਸੇ ਨੇ ਬਕਸੇ ਜਿਵੇਂ ਕਿ ਤੁਹਾਨੂੰ ਨਜ਼ਰ ਆਉਂਦੇ ਨੇ ਇਹ ਬਕਸਾ ਕਿਹੜੀ ਕੁਆਲਿਟੀ ਦਾ ਚੰਗਾ ਕਿਹੜਾ ਹੁੰਦਾ ਤੇ ਭੈੜਾ ਕਿਹੜਾ ਹੁੰਦਾ ਇਹ ਵੀ ਤੁਹਾਨੂੰ ਮੈਂ ਦੱਸਣਾ ਤੀਸਰੇ ਨੰਬਰ ਤੇ ਇਹ ਡੱਬੀਆਂ ਨੇ ਡੱਬੀਆਂ ਕਿਹੜੀਆਂ ਪਾਣੀਆਂ ਨੇ ਡੱਬੀਆਂ ਜਿਹੜੀਆਂ ਨੇ ਇਹ ਡੱਬੀ ਭੈੜੀ ਨੂੰ ਤੁਸੀਂ ਇਸਤੇਮਾਲ ਕਰਨੀ ਇਹ ਬੈਂਡ ਨੇ ਮੇਰੇ ਕੋਲ ਬੈਂਡ ਜਿਵੇਂ ਦਾ ਵੀ ਮਰਜ਼ੀ ਇਸਤੇਮਾਲ ਕਰ ਲਓ ਖੈਰ ਇਹ ਸਾਕਟ ਹੈ ਸਾਕਟ ਦੇ ਵੀ ਖੈਰ ਇਹਦੇ ਵਿੱਚ ਜਿਹੜੀ ਜ਼ਿਆਦਾ ਚੀਜ਼ ਵੇਖਣ ਵਾਲੀ ਹੈ ਇਹ ਡੱਬੀਆਂ ਨੇ ਬਕਸੇ ਨੇ ਅਤੇ ਇਹ ਜਿਹੜੀਆਂ ਡੱਬੀਆਂ ਨੇ ਇਹ ਬਕਸਾ ਤੁਸੀਂ ਜਿਹੜੀ ਕੰਪਨੀ ਦਾ ਵੀ ਲੈ ਕੇ ਆਉਣਾ ਹੈ ਬਕਸਾ ਤੁਸੀਂ ਚੰਗਾ ਲੈ ਕੇ ਆਉਣਾ ਇਹ ਜਿਹੜਾ ਬਕਸਾ ਹੈ ਜਦੋਂ ਇੱਕ ਵਾਰੀ ਦੀਵਾਰ ਦੇ ਵਿੱਚ ਲੱਗ ਜਾਣਾ ਹੈ ਦੁਬਾਰਾ ਬਦਲਿਆ ਨਹੀਂ ਜਾਣਾ ਇਹ ਇੱਕੋ ਵਾਰੀ ਲੱਗੇਗਾ ਇਨਸ਼ਾਅੱਲਾ ਤਾਲਾ ਇਹ ਤਾਂ ਹਿਆਤ ਜਿਹੜਾ ਨਾ ਇਹਦੀ ਲਾਈਫ ਟਾਈਮ ਗਰੰਟੀ ਹੋਵੇਗੀ ਬਕਸਾ ਭੈੜਾ ਲੱਗਾ ਹੋਵੇ ਜਿਹੜੀ ਭੈੜੀ ਪਲਾਸਟਿਕ ਹੁੰਦੀ ਹੈ ਉਹ ਖਰਾਬ ਹੋ ਜਾਂਦੀ ਹੈ ਅਤੇ ਜਿਵੇਂ ਕਿ ਆਹ ਸਾਹਮਣੇ ਧਿਆਨ ਇਹਦੇ ਵਿੱਚ ਮੋਹਰੀਆਂ ਨਜ਼ਰ ਆਉਣ ਰਹੀਆਂ ਨੇ ਇਹ ਜਿੰਨੇ ਕੱਟ ਵਿੱਚ ਜ਼ਿਆਦਾ ਹੋਣਗੇ ਜਿੰਨੇ ਕੱਟ ਵਿੱਚ ਜ਼ਿਆਦਾ ਡੂੰਘੇ ਹੋਣਗੇ ਤੁਹਾਡਾ ਬਕਸਾ ਜਿਹੜਾ ਨਾ ਉਹਨਾਂ ਮਜ਼ਬੂਤੀ ਦੇ ਨਾਲ ਲੱਗੇਗਾ ਬਾਅਦ ਬਕਸੇ ਹੁੰਦੇ ਨੇ ਇੱਥੇ ਇੰਝ ਪਲੇਮ ਹੁੰਦੇ ਨੇ ਅਗਰ ਪਲੇਮ ਹੀ ਹੋਣ ਤਾਂ ਤੁਸੀਂ ਉਹਨਾਂ ਦੇ ਵਿੱਚ ਸੁਰਾਖ ਕਰ ਲਵੋ ਜਿੰਨੇ ਸੁਰਾਖ ਵਿੱਚ ਜ਼ਿਆਦਾ ਹੋਣਗੇ ਇਹਨਾਂ ਦੇ ਇਹ ਸੀਮਿੰਟ ਦੇ ਵਿੱਚ ਫਸ ਜਾਵੇਗਾ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਇਹ ਬਕਸਾ ਕਿਹੜੀ ਕੰਪਨੀ ਦਾ ਲੈਣਾ ਇਹ ਪਾਈਪ ਹੈ ਪਾਈਪ ਜਿਹੜਾ ਹੈ ਇਹ ਪਾਈਪ ਇਹ ਬਹੁਤ ਅੱਛਾ ਪੈਪ ਹੈ ਤਕਰੀਬਨ ਤੁਸੀਂ ਜਿਹੜਾ ਪੈਪ ਪਾਉਣਾ ਉਹਦਾ ਇੱਕ ਲੈਂਥ ਦਾ ਵਜ਼ਨ ਕਮ ਸੇ ਕਮ 350 ਗ੍ਰਾਮ 400 ਗ੍ਰਾਮ ਪਰ ਲੈਂਥ ਦਾ ਵਜ਼ਨ ਹੋਣਾ ਚਾਹੀਦਾ ਇਹ ਜਿਹੜੀ ਡੱਬੀ ਹੈ ਡੱਬੀ ਦਾ ਵੀ ਸੇਮ ਇਹ ਤਰੀਕਾਕਾਰ ਡੱਬੀ ਅਤੇ ਇਹ ਜਿਹੜੀ ਜਗ੍ਹਾ 'ਤੇ ਪੇਚ ਲੱਗੇ ਹੁੰਦੇ ਨੇ ਇਹ ਇੱਥੋਂ ਖਰਾਬ ਜਿਹੜੀ ਭੈੜੀ ਡੱਬੀ ਹੁੰਦੀ ਹੈ ਉਹਦੇ ਇੱਥੋਂ ਪੇਚ ਖਰਾਬ ਹੋ ਜਾਂਦੇ ਨੇ ਇੱਕ ਅੱਧੀ ਵਾਰੀ ਪੇਚ ਖੁੱਲ੍ਹ ਕੇ ਲੱਗੇ ਤਾਂ ਡੱਬੀ ਫਰਕ ਹੋ ਜਾਂਦੀ ਹੈ ਬਾਅਦ ਦੇ ਵਿੱਚ ਉਹ ਸਿਆਪਾ ਹੀ ਪਿਆ ਰਹਿੰਦਾ ਖਾਸ ਤੌਰ 'ਤੇ ਡੱਬੀ ਦੇ ਵੀ ਤੁਸੀਂ ਖਿਆਲ ਰੱਖਣਾ ਜਦੋਂ ਡੱਬੀ ਲਾਉਣੀ ਤੁਸੀਂ ਚੰਗੀ ਡੱਬੀ ਲਾਉਣੀ ਹੈ ਭੈੜੀ ਡੱਬੀ ਇਸਤੇਮਾਲ ਨਹੀਂ ਕਰਨੀ ਹਾਰਡ ਪੈਪ ਜਿੱਡਾ ਮਰਜ਼ੀ ਚੰਗਾ ਉਹ ਤੁਸੀਂ ਵਾਇਰਿੰਗ ਵਿੱਚ ਇਸਤੇਮਾਲ ਨਹੀਂ ਕਰਨਾ ਇੱਥੇ ਨਰਮ ਪੈਪ ਇਸਤੇਮਾਲ ਕਰਨਾ ਤਾਂ ਕਿ ਇਹਨੂੰ ਸੱਟ ਵੀ ਵੱਜੇ ਅਤੇ ਥੋੜ੍ਹਾ ਵੀ ਵੱਜੇ ਅਤੇ ਇਹ ਜਿਹੜਾ ਪਾਈਪ ਟੁੱਟਦਾ ਨਹੀਂ ਜਿਵੇਂ ਕਿ ਤੁਹਾਨੂੰ ਚੈੱਕ ਕਰਵਾਉਣਾ ਪੈਪ ਤੇ ਥੋੜ੍ਹਾ ਵੀ ਮਾਰਿਆ ਪੈਪ ਟੁੱਟਿਆ ਨੇ ਫਿਸ ਗਿਆ ਫਿਸਿਆ ਪੈਪ ਫਿਰ ਆਪਣੀ ਜਗ੍ਹਾ 'ਤੇ ਆ ਗਿਆ ਅਗਰ ਹਾਰਡ ਪੈਪ ਹੋਵੇ ਉਹ ਟੁੱਟ ਜਾਂਦਾ ਉਹ ਭਾਵੇਂ ਦੀਵਾਰ ਵਿੱਚ ਤੁਸੀਂ ਪੈਪ ਪਾਇਆ ਅਤੇ ਭਾਵੇਂ ਉੱਪਰ ਛੱਤ ਦੇ ਵਿੱਚ ਪਾਇਪ ਪਾਇਆ ਜਦੋਂ ਟੁੱਟ ਜਾਂਦਾ ਉੱਥੋਂ ਪੈਪ ਬ੍ਰੇਕ ਹੋ ਜਾਂਦਾ ਅਤੇ ਪੈਪ ਵੀ ਜਿਹੜਾ ਤੁਸੀਂ ਲੈਣਾ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਤੇ ਮੈਂ ਤੁਹਾਨੂੰ ਪਰਵਕ ਜਵਾਬ ਦਿਆਂਗਾ ਕਿ ਕਿਹੜਾ ਤੁਸੀਂ ਪਾਈਪ ਲੈਣਾ ਅਤੇ ਇਹ ਜਿਹੜਾ ਬਕਸਾ ਹੈ ਇਹਨੂੰ ਫਿੱਟ ਕਿਵੇਂ ਕਰਨਾ ਅਕਸਰ ਇੱਕ ਇੰਝ ਵੇਖਿਆ ਗਿਆ ਕਿ ਜਿਹੜਾ ਇਹ ਬਕਸਾ ਸਹੀ ਫਿੱਟ ਨਹੀਂ ਹੁੰਦਾ ਜਦੋਂ ਬੋਰਡ ਕੱਢ ਕੇ ਦੁਬਾਰਾ ਲਾਈਦਾ ਬਕਸਾ ਪਿੱਛੇ ਟੁਰ ਜਾਂਦਾ ਪੇਚ ਲੱਗਦੇ ਨਹੀਂ ਜਿਵੇਂ ਕਿ ਇਹ ਸਾਹਮਣੇ ਮੇਰੇ ਕੋਲ ਬਕਸਾ ਬਣਾਇਆ ਜਿਹਦੇ ਵਿੱਚ ਆਵਾਂ ਬਕਸਾ ਲਾਉਣਾ ਇਹ ਜਦੋਂ ਸਹੀ ਫਿਟਿੰਗ ਨਾ ਹੋਈ ਹੋਵੇ ਅਸੀਂ ਜਦੋਂ ਉੱਤੇ ਬੋਰਡ ਕੱਸੀਦਾ ਇਹ ਵਿੱਚ ਵੜ ਜਾਂਦਾ ਆਹ ਹਿਲਦਾ ਰਹਿੰਦਾ ਇਹ ਮੈਂ ਤੈਨੂੰ ਲਾ ਕੇ ਦੱਸਣਾ ਕਿਵੇਂ ਲਾਉਣਾ ਮੇਰੀ ਵੀਡੀਓ ਦਾ ਅੱਜ ਮਕਸਦ ਇਹ ਹੈ ਕਿ ਤੁਹਾਨੂੰ 2-3 ਟਿਪ ਮੈਂ ਦਿਆਂ ਕਿ ਜਦੋਂ ਤੁਸੀਂ ਵਾਇਰਿੰਗ ਖੁਦ ਕਰੋ ਜਾਂ ਕਿਸੇ ਕੋਲ ਕਰਵਾਓ 2-4 ਗੱਲਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਇਹ ਦੀਵਾਰ ਵਿੱਚ ਜਦੋਂ ਮਾਲ ਪੈ ਜਾਂਦਾ ਦੁਬਾਰਾ ਇਹਦੇ ਵਿੱਚ ਨਵਾਂ ਮਾਲ ਨਹੀਂ ਪੈਂਦਾ
एक बार चंगा समान पाओ कि जरा बिलकुल सही माल पवे। एंड ते मैं तेन डीपी दसागा कि डीपी किमें लानी है, बिच इंज लाना है। बस का जो इलैक्ट्रीशियन ने इंज वैसे ही रख देंगे ने, यद नुकसान ही है कि जो पेच कसी देने बोर्ड अंदर हो जाता है। ये पिछे तुम पहले सीमेंट पा लेना क्योंकि मिस्त्री भी नहीं लाते, ये आप ही करना पैंता। ये पिछले सीमेंट ला के फिर उन्होंने लाना, पहले मैं सीमेंट ला लेना काली काली। सीमेंट पिछे तुम ज्यादा ला लेना सीमेंट बाबा भर के, तो फिर तुम बक्सा लाना। बक्सा ला के तो तुम हौली हौली कांटिया के नाल या किसी प्लास थोड़ी के नाल पिछे ठोकना ठोकना। जिवें तुहानू नजर आउण डिया विच सीमेंट बाहर आउण लग पिया, सीमेंट बाहर आने लग पैंदा, सीमेंट इन्हां दे किनारियां दे विच फस जांदा ते डब्बा जिहड़ा होर मजीद डाढ़ा हो जांदा। तो डब्बा तुसीं इह जिहड़ियां इट्टां होंदियां ना इट्टां दे नालों अद्धी इंच डब्बा बाहर रखना, बाहर लाजमी रखना ताकि जदों पलस्तर होवेगा डब्बा पलस्तर दे बराबर होना चाहिए। यह जिहड़ा बक्सा ते जिहड़ा सीमेंट पलस्तर है वह बराबर बिल्कुल होना चाहिए। ऐसे तरीके नाल बिल्कुल सीधा है, ये जिहड़े किनारे ने किनारियां विच भी मैं काली काली सीमेंट पा दिंदा। यह बक्सा इस टाइम बिल्कुल इतने पूरा फिट हो गया, बिल्कुल सही फिट हो गया। इस तरह तुम बक्सा फिट करना तो तुम देख सकते हो कि यह बक्सा जरा सामने जी चगाट है चगाट के बराबर है। आह तो साढ़ा डीपी का पैप आ गया, तो डीपी आ गई। डीपी तुम देख सकते हो कि डीपी असी किमें लाई है। डीपी के सिर्फ एक ही असी पैप आया, बाद पैप जिन्हें उत्ते होंगे ने सत्त अठ नौ दस पैप होंगे ने, पैप सारे ही थले आते होंगे ने जिम्मे कि तुम्हें उत्ते पैप नज़र आए हैं। यह बड़ा औखा काम हों, शार्ट काम तो है भी सौखा, तुम सिर्फ एक पैप पा लो जिमें आ मैं पैप पाया है। यह पैप पा के डीपी लाओ अपने, तो डीपी भी बहुत जबरदस्त लगती है। यह जो तरीका है तुम इस्तेमाल करो, ये तुम्हें काफ़ी ज़्यादा फायदा। एक पैप ही फिट किया है, हर पैप से दो तारा होंगे ने। यह दो इंच का पैप है, दो बे दो का पैप है। ये तुम 30-40-50 तारा भी बड़ी आसानी के सत्त नीति दी आ सकती है। उम्मीद है कि अज की यह वीडियो तुम्हें पसंद आई होनी है। जोड़े जोड़े असं 3-4 टिप तुम्हें दसे ने, पता लग गया होना कि चीज़ कि जगह पर कितने इस्तेमाल करनी है। अगर वीडियो पसंद आई है तो इन लाइक शेयर जरूर करो, तो अपनी कीमती राय सू कमेंट जरूर दस्यो। तो मिलेंगे तुम्हें एक बहुत जल्द नवी वीडियो के। अल्लाह हाफिज़।